ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਨੇ, ਜਿਸ ਲੜੀ ਤਹਿਤ ਮੋਗਾ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਰੋਸ ਧਰਨਾ ਦਿੱਤਾ। ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਠੰਡ ਦੇ ਵਿੱਚ ਆਪਾਂ ਨੂੰ ਇੱਥੇ ਬੈਠਣ ਦੀ ਆਖਿਰ ਕਿਉਂ ਲੋੜ ਪਈ ਹੈ, ਕਿਉਂਕਿ ਜ਼ਾਲਮ ਰਾਜੇ ਦਾ ਰਾਜ ਹੈ ਤੇ ਪੰਜਾਬ 'ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਤੇ ਸਿਰਫ ਧੱਕਾ ਹੀ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਤੱਕ ਦੇ ਮੁੱਖ ਮੰਤਰੀਆਂ 'ਚੋਂ ਨਿਕੰਮਾ ਤੇ ਨਲਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਤ ਹੋਇਆ ਹੈ। ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਆਪਾਂ ਮੱਝ ਲੈਣ ਜਾਂਦੇ ਹਾਂ ਤਾਂ ਉਹਦਾ ਵੀ ਪਿਛੋਕੜ ਦੇਖਦੇ ਹਾਂ ਕਿ ਉਹਦੀ ਮਾਂ ਕਿੰਨਾ ਦੁੱਧ ਦਿੰਦੀ ਸੀ, ਤਾਂ ਫਿਰ ਵੋਟਾਂ ਦੇਣ ਤੋਂ ਪਹਿਲਾਂ ਵੀ ਥੋੜ੍ਹਾ ਸੋਚ ਲੈਣਾ ਚਾਹੀਦਾ। ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ ਕਦੇ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਵੀ ਨਹੀਂ ਲਗਾਇਆ ਸੀ। ਇਸ ਮੌਕੇ ਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹੋਰ ਕੀ ਕੁਝ ਕਿਹਾ, ਆਓ ਜਾਣ ਲੈਂਦੇ ਹਾਂ। ਨਹੀਂ ਹੈ
ਇਸ ਕਰਕੇ ਜੇ ਇਕੱਲਾ ਲੈਂਦਾ ਰਹੇ ਜੇ ਦੇਣ ਦਾ ਵੇਲਾ ਆਏ ਉਦੋਂ ਪਿੱਠ ਤੇ ਸ਼ਰਮ ਆਏ। ਆ ਸਾਰੀਆਂ ਛਾਛਾਂ ਕਾਂਗਰਸ ਦੀਆਂ, ਉਹ ਸੋਚਦੀ ਹੈ ਕਿ ਹੁਣ ਤਾਂ ਸਾਡਾ ਕੰਮ ਗਿਆ। ਦੇਖੋ ਕਿਵੇਂ ਇਕੱਠ ਹੋ ਰਹੇ ਹੈ ਲੋਕਾਂ ਨੂੰ, ਕਿਵੇਂ ਗੁੱਸਾ, ਕਿਵੇਂ ਜਜ਼ਬਾ ਕਾਂਗਰਸ ਦੇ ਖਿਲਾਫ। ਅਸੀਂ ਤੋੜਨ ਦੀ ਕੋਸ਼ਿਸ਼ ਕਰੀਏ ਕਿਵੇਂ ਨਾ ਕਿਵੇਂ। ਕੋਈ ਬੀਜ ਨਹੀਂ ਹੈ ਸਾਡੇ ਵਰਕਰਾਂ ਦੇ ਪਰਿਵਾਰਾਂ ਨੂੰ, ਘਰੋਂ ਨਿਕਲੇ ਬੈਠੇ ਹੈ। ਅੱਜ ਅੱਜ ਤੱਕ ਇੰਨੇ ਥੋੜੇ ਸਨੇਹ ਦੇ, ਦੇਖੋ ਕਿੰਨੇ ਹਜ਼ਾਰਾਂ ਲੋਕ ਇੱਥੇ ਇਕੱਠੇ ਹੋਏ ਹੈ। ਕਿਉਂ ਇਕੱਠੇ ਹੋਏ ਹੈ? ਕਿਉਂ ਕੋਈ ਜ਼ੁਲਮ ਉਸੇ ਤੋਂ ਟੱਪ ਗਿਆ। ਅੱਜ ਹਾਜ਼ਰ ਹੈ, ਦੇਖੋ ਕਹਿੰਦੇ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਨਹੀਂ, ਖਜ਼ਾਨਾ ਲੁੱਟੀ ਜਾਂਦੇ ਆ, ਲੁੱਟੀ ਜਾਂਦੇ ਆ। ਦੇਖੋ ਤੁਸੀਂ ਸਾਰੇ ਗਵਾਓ, ਇੱਥੇ ਹਰਿਆਣੇ ਦੀ ਸ਼ਰਾਬ ਆਉਂਦੀ ਹੈ ਕਿ ਨਹੀਂ ਆਉਂਦੀ? ਲੁੱਟਣ ਲੱਗ ਜਾ, ਇੰਨਾ ਵੱਡਾ ਲੁੱਟ ਮੈਂ ਅੱਜ ਤੱਕ ਵੀ ਦੇਖੇ ਨਹੀਂ, ਵੱਡੀ ਲੋਕ ਜਿੰਨੀ ਹੁਣ ਕਰ ਰਿਹਾ। ਉਹਨਾਂ ਦੇ ਮਨ ਚ ਇੱਕ ਗੱਲ ਆ ਗਈ ਹੈ ਕਿ ਕੈਪਟਨ 2002 ਤੋਂ 2007 ਅਸੀਂ ਬਣਾਇਆ, 10 ਸਾਲ ਰਾਜ ਨਹੀਂ ਆਇਆ, ਜੈ ਜੈ ਗੁਰਦਿੱਤਾ, ਹੁਣ ਕੈਪਟਨ ਨਹੀਂ ਹੈ, ਪੱਕਾ ਕਾਂਗਰਸ ਦਾ ਸਰਕਾਰ ਕਰਕੇ ਜਾਊਗਾ। ਦੇਖੋ ਜ਼ਿੰਮੇਵਾਰੀ ਬਣਦੀ ਹੈ ਜਦੋਂ ਮੁੱਖ ਮੰਤਰੀ ਬਣਦਾ, ਕਿੰਨਾ ਵੱਡਾ ਮਾਣ ਦਿੱਤਾ ਪੰਜਾਬ ਦੀ ਜਨਤਾ ਨੇ ਕੈਪਟਨ ਨੂੰ। 77 ਕੋਈ ਵੀ ਸਰਕਾਰ ਬਣਦੀ ਹੈ, ਕਮੀਨ ਤੇ ਬਣਦੀ ਹੈ। ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਆਪਾਂ ਵੋਟਾਂ ਪਾਉਣ ਤੋਂ ਪਹਿਲੇ ਸੋਚਦੇ ਨਹੀਂ ਹੈ, ਰਿਸ਼ਤਾ ਕਰਦੇ ਹਾਂ ਪਿਛੋਕੜ ਦੇਖਦੇ ਪਰਿਵਾਰ ਦਾ, ਮੱਝ ਮੈਂ ਜਾਂਦੇ ਹਾਂ ਉਹਨਾਂ ਪਿਛੋਕੜ ਦੇਖਦੇ ਹਾਂ ਕਿ ਕਦੀ ਮਾਂ ਕਿੰਨੀ ਦੁੱਧ ਦਿੰਦੀ ਸੀ, ਉਹ ਘੋੜੀ ਲੈਣ ਤੋਂ ਪਹਿਲੇ ਵੀ ਦੇਖਦੇ ਹਾਂ, ਵੋਟਾਂ ਪੈਣ ਤੋਂ ਵੀ ਦੇਖ ਲਿਆ। 2002 ਤੋਂ 2007 ਨੇੜੀ, ਆਪਾਂ ਨੂੰ ਜ਼ਿਆਦਾ ਦੂਰ ਨਹੀਂ। 2002 ਤੋਂ 2007 ਕੈਪਟਨ ਮੁੱਖ ਮੰਤਰੀ ਸੀ, ਤੁਸੀਂ ਜਾਣਦੇ ਹੋ ਡੱਕਾ ਵਾਲੀ ਕਿਉਂ ਲਿਆਉਂਦੇ, ਕਿਉਂਕਿ ਮੁੱਖ ਮੰਤਰੀ ਦਾ ਮਿਲਣਾ ਨਹੀਂ। ਮੈਂ ਕਈ ਐਸਐਸਪੀਆਂ ਤੇ ਡੀਸੀਆਂ ਨਾਲ ਗੱਲ ਹੋਈ ਹੈ, ਮੈਂ ਉਹਨਾਂ ਨੂੰ ਪੁੱਛਦਾ ਰਹਿੰਦਾ, ਕਿਉਂਕਿ ਜਿੰਨੇ ਧੱਕੇ ਹੁੰਦੇ ਆ, ਜੇ ਅਸੀਂ ਕਿਹਾ ਬਿਜਲੀ ਆ ਗਈ ਉਹਨੂੰ ਕਰ ਦਾਂਗੇ ਕਰਤੀ, ਜੇ ਅਸੀਂ ਸੜਕਾਂ ਦੇ ਜਾਲ ਬਿਠਾ ਦਾਂਗੇ ਪਛਾ ਦਿੱਤੇ, ਅਸੀਂ ਨਹੀਂ ਕਿਹਾ ਖਜ਼ਾਨਾ ਖਾਲੀ, ਭਾਵੇਂ 40-40 ਹਜ਼ਾਰ ਕਰੋੜ ਰੁਪਏ ਦੀ ਲੋੜ ਪਈ ਤੇ ਮੇਰਾ ਹੁਣ ਕੰਮ ਬਣਿਆ। ਪਰਮਾਤਮਾ ਮਿਹਰ ਕਰਨ ਸਰਕਾਰ ਬਣ ਜੇ, ਮੇਰਾ ਇੱਕ ਨਿਸ਼ਾਨਾ ਕਿ ਜੇ ਆਪਣੇ ਪੰਜਾਬ ਦੇ ਪਿੰਡ 12,000-11,000 11,500 ਪਿੰਡ ਹੈ, ਜਿਵੇਂ ਸ਼ਹਿਰਾਂ ਸੀਵਰੇਜ ਅੱਜ ਸੀਮੈਂਟ ਦੀਆਂ ਗਲੀਆਂ ਤੇ ਪੀਣ ਵਾਲੇ ਪਾਣੀ ਦਾ ਪ੍ਰਵਾਹ ਹੈ, ਉਵੇਂ 12,000 ਪਿੰਡ ਅੱਜ ਮੈਂ ਅਗਲੇ 5 ਸਾਲਾਂ 'ਚ ਪੂਰਾ ਕਰਕੇ ਦਊਂਗਾ। ਕੋਈ ਔਖਾ ਕੰਮ ਨਹੀਂ, ਕੋਈ ਔਖਾ ਕੰਮ ਨਹੀਂ।
ਤਕਰੀਬਨ 30-35 ਹਜ਼ਾਰ ਕਰੋੜ ਰੁਪਏ ਲੱਗਣਾ, ਮਤਲਬ 6-6.5 ਹਜ਼ਾਰ ਕਰੋੜ ਰੁਪਏ ਸਾਲ ਦਾ ਲੱਗਣਾ, ਕੋਈ ਔਖਾ ਕੰਮ ਨਹੀਂ। ਕੇਰਾ ਕੋਲ ਜਮਾ ਹੀ ਖਰਚ ਲੈ ਜੇ ਹਰ ਪਿੰਡ ਤੇ ਸ਼ਹਿਰ ਦੇ ਵਿੱਚ ਕੋਈ ਫਰਕ ਨਹੀਂ ਹੋਊਗਾ, ਇਹ ਜਿਹਾ ਪ੍ਰਬੰਧ ਕਰਨਾ। ਮੈਂ ਪੁੱਛਿਆ ਕਿੰਨੀ ਵਾਰ ਤੁਹਾਡੀ ਮੁੱਖ ਮੰਤਰੀ ਨਾਲ ਗੱਲ ਹੋਣੀ ਹੈ, ਤੁਸੀਂ ਹੈਰਾਨ ਰਹਿ ਜਾਓਗੇ। ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸਵੇਰੇ 5 ਵਜੇ ਅਖਬਾਰ ਆ ਜਾਂਦੇ ਸੀ, 5 ਵਜੇ ਅਖਬਾਰ ਪੜ੍ਹਨਾ ਸ਼ੁਰੂ ਕਰ ਲੈਂਦੇ ਸੀ, ਨਾਲ ਕਾਗਜ਼ ਪੈਨਸ਼ਨ ਹੁੰਦਾ ਸੀ ਕਿ ਇਹ ਜਿਹੜੇ ਜ਼ਿਲ੍ਹੇ ਵਿੱਚ ਕੋਈ ਸਮੱਸਿਆ ਆ ਜਾਂਦੀ, ਕੋਈ ਧੱਕਾ ਹੋਇਆ ਜਾਂ ਕੋਈ ਧਰਨਾ ਹੋਇਆ ਜਾਂ ਕੋਈ ਚੋਰੀ ਹੋਈ ਜਾਂ ਕੋਈ ਡਰੱਗ ਸਮਗਲਰ ਫੜਿਆ ਗਿਆ, ਨਾਲ ਦੇ ਨਾਲ ਉਸੇ ਟਾਈਮ ਤੇ ਸਰਕਾਰ ਰੰਗਲਾ ਟੀਵੀ।